ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਜਦੋਂ ਮੈਂ ਰਿਜ਼ਲਟ ਸੁਣਿਆ ਬਹੁਤ ਟਾਈਮ ਲੱਗਿਆ ਖੁਦ ਨੂੰ ਯਕੀਨ ਕਰਾਉਣ ਲਈ ਕਿ ਹਾਂ ਮੈਂ ਇਹ ਚੀਜ਼ ਅਚੀਵ ਕਰ ਲਿੱਤੀ ਹੈ ਆਪਣੀ ਜ਼ਿੰਦਗੀ ਦਾ ਜੋ ਮੇਰਾ ਏਮੈ ਲੈ ਕੇ ਕਾਰੋਬਾਰ ਨਿਕਲੀ ਸੀ ਉਹ ਮੈਂ ਪੂਰਾ ਕਰਕੇ ਵਾਪਸ ਆਈਆਂ ਤੇ ਅੰਦਰੋਂ ਬਹੁਤ ਖੁਸ਼ੀ ਮਿਲ ਰਹੀ ਹੈ ਮੇਰੀ ਮੰਮਾ ਨੇ ਅੱਜ ਤੱਕ ਮੇਰ ਤੋਂ ਕੋਈ ਕੰਮ ਨਹੀਂ ਕਰਵਾਇਆ ਹੈ ਕਿਚਨ ਦਾ ਕੋਈ ਕੰਮ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਬਸ ਪੜ੍ਹ ਮੇਰੇ ਦਾਦੂ ਦਾ ਸੁਪਨਾ ਸੀ ਕਿ ਮੈਂ ਇੱਕ ਵੱਡੀ ਅਫਸਰ ਬਣਾ ਇੱਕ ਜੱਜ ਬਣਾ ਜੱਜ ਦੀ ਪੋਰਸ ਤੇ ਆਵਾ ਉਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਘਰੋਂ ਬਾਹਰ ਨਿਕਲੋ ਦਾਦੂ ਹਜੇ ਮੇਰੇ ਨਾਲ ਨਹੀਂ ਨੇ ਪਰ ਮੈਨੂੰ ਪਤਾ ਹੈ ਉਹਨਾਂ ਦੀ ਅਸ਼ੀਰਵਾਦ ਉਹਨਾਂ ਦੀ ਦੁਆਵਾਂ ਕਰਕੇ ਹੀ ਮੈਂ ਇੱਥੇ ਤੱਕ ਪਹੁੰਚੀ ਆ ਮੇਰੇ ਦਾਦਾ ਦਾਦੀ ਜੀ ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਉਹਨਾਂ ਦੇ ਸਪੋਰਟ ਤੋਂ ਬਿਨਾ ਤੇ ਮੈਂ ਕੁਝ ਕਰ ਹੀ ਨਹੀਂ ਪਾਣਾ ਸੀ ਚਾਚਾ ਚਾਚੀ ਜੀ ਮੇਰੇ ਦੋਨੇ ਤਿੰਨੋ ਭਰਾ ਹਮੇਸ਼ਾ ਜਦ ਵੀ ਮੈਂ ਘਰੇ ਆਂਦੀ ਸੀ ਇੰਨੇ ਪਿਆਰ ਨਾਲ ਇੰਨੇ ਸਤਕਾਰ ਨਾਲ ਹੀ ਮੇਰੇ ਚਾਚੂ ਦਾ ਮੈਂ ਜਦ ਵੀ ਆਂਦੀ ਸੀ ਹਮੇਸ਼ਾ ਕਹਿੰਦੇ ਸੀ ਜੱਜ ਸਾਹਿਬ ਆ ਗਏ ਉਹਨਾਂ ਨੂੰ ਪਤਾ ਸੀ ਕਿ ਇਹ ਜੱਜ ਬਣ ਕੇ ਹੀ ਵਾਪਸ ਆਏ ਤੁਹਾਨੂੰ ਪਹਿਲਾਂ ਤੋਂ ਫੀਲਿੰਗ ਦਿੱਤੀ ਤੁਹਾਨੂੰ ਵੀ ਜੱਜ ਬਣੇਗੀ ਬਣੇਗੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਹਮੇਸ਼ਾ ਵੀ ਨਵਾਂ ਹੀ ਬੋਲਿਆ ਕਿ ਜੱਜ ਸਾਹਿਬ ਆ ਗਏ ਸਾਡੇ ਜੱਜ ਸਾਹਿਬ ਆ ਗਏ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਉਹ ਵੇਲਾ ਗਿਆ ਜਦੋਂ ਧੀਆ ਨੂੰ ਕਹਿੰਦੇ ਬਹੁਤ ਸਮਝਿਆ ਜਾਂਦਾ ਸੀ ਤੇ ਹੁਣ ਦੀਆਂ ਧੀਆਂ ਨੇ ਜਿਹੜੀਆਂ ਉਹ ਮਾਪਿਆਂ ਲਈ ਪੁੱਤਾਂ ਤੋਂ ਕਿਤੇ ਵੱਧ ਕੇ ਨੇ ਜੀ ਹਾਂ ਇਹ ਸੱਚ ਕਰ ਦਿਖਾਇਆ ਅਮੜਗੜ੍ਹ ਸ਼ਹਿਰ ਤੋਂ ਇੱਕ ਆਮ ਜਿਹੇ ਘਰ ਦੀ ਧੀ ਨੇ ਤੇ ਜਿਨੇ ਆਪਣੇ ਮਾਪਿਆਂ ਦਾ ਨਾਮ ਹੈ ਜਿਹੜਾ ਉਹ ਕਹਿ ਲਈਏ ਵੀ ਚਮਕਾ ਦਿੱਤਾ ਹੈ ਤੇ ਉਹਨਾਂ ਦਾ ਜਿਹੜਾ ਸੀਂਦਾਗਾ ਉਹ ਗਰਭ ਦੇ ਨਾਲ ਜਿਹੜਾ ਚੌੜਾ ਕਰ ਦਿੱਤਾ ਹੈ ਇਸ ਵੇਲੇ ਅਸੀਂ ਪਹੁੰਚੇ ਆਂ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਤੇ ਜਿੱਥੇ ਇੱਕ ਛੋਟੇ ਜਿਹੇ ਪਰਿਵਾਰ ਦੀ ਧੀ ਹੈ ਜਿਹੜੀ ਉਹ ਜੱਜ ਬਣ ਕੇ ਆਪਣੇ ਘਰ ਆਈ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਵਾਵਾਂਗੇ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਮੁਬਾਰਕਾਯੁਕਤਾ ਹੈ ਥੈਂਕ ਯੂ ਜੀ ਥੈਂਕ ਯੂ so much ਤੇ ਬਹੁਤ ਛੋਟੀ ਜੀ ਉਮਰ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ ਕਿਵੇਂ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਹੈ ਵੈਸੇ ਮੇਰੇ ਕੋਲ ਹਲੇ ਸ਼ਬਦ ਨਹੀਂ ਹੈ ਆਪਣੀ ਖੁਸ਼ੀ ਬਿਆਨ ਕਰਨ ਦੇ ਲਈ ਪਹਿਲੇ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਜਦੋਂ ਮੈਂ ਰਿਜ਼ਲਟ ਸੁਣਿਆ ਬਹੁਤ ਟਾਈਮ ਲੱਗਿਆ ਖੁਦ ਨੂੰ ਯਕੀਨ ਕਰਾਉਣ ਲਈ ਕਿ ਹਾਂ ਮੈਂ ਇਹ ਚੀਜ਼ ਅਚੀਵ ਕਰ ਲਿੱਤੀ ਹੈ ਆਪਣੀ ਜ਼ਿੰਦਗੀ ਦਾ ਜੋ ਮੇਰਾ ਏਮੈਲ ਲੈ ਕੇ ਕਾਰੋਬਾਰ ਨਿਕਲੀ ਸੀ ਉਹ ਮੈਂ ਪੂਰਾ ਕਰਕੇ ਵਾਪਸ ਆਈਆਂ ਤੇ ਅੰਦਰੋਂ ਬਹੁਤ ਖੁਸ਼ੀ ਮਿਲ ਰਹੀ ਹੈ ਤੇ ਕਿਵੇਂ ਦਾ ਲੱਗ ਰਿਹਾ ਕਿਉਂਕਿ ਧੀਆ ਨੂੰ ਜੇ ਦੇਖਿਆ ਜਾਵੇ ਕੁੜੀਆਂ ਨੂੰ ਕਿਹਾ ਜਾਂਦਾ ਵੀ ਇਹ ਤਾਂ ਚੁੱਲ੍ਹਾ ਚੌਂਕਾ ਸਾਂਭਣ ਦੇ ਯੋਗ ਹੁੰਦੀਆਂ ਨੇ ਇਹਦਾ ਵਧੀਆ ਪੜ੍ਹ ਲਿਖ ਜਾਵੇ ਤਾਂ ਇਹਨੂੰ ਕਿਸੇ ਵਧੀਆ ਘਰ ਵਿਆਹ ਦਿੱਤਾ ਜਾਵੇ ਤੇ ਉੱਥੇ ਵੀ ਜਾ ਕੇ ਤੁਹਾਨੂੰ ਪਤਾ ਹੀ ਜਾਵੇ ਚੁੱਲ੍ਹਾ ਚੌਂਕਾ ਸਾਂਭਣਾ ਪਰ ਇੱਕ ਡਿਫਰੈਂਟ ਜਿਹਾ ਇੱਕ ਡਿਫਰੈਂਟ ਮਿਸਾਲ ਪੇਸ਼ ਕੀਤੀ ਹੈ ਉਹਨਾਂ ਧੀਆ ਦੇ ਲਈ ਉਹਨਾਂ ਲਈ ਕੀ ਕਹਿਣਾ ਚਾਹੁੰਦਾ ਏ ਸਾਡੇ ਘਰ ਦਾ ਸ਼ੁਰੂ ਤੋਂ ਹੀ ਮਾਹੌਲ ਰਿਹਾ ਹੈ ਕਿ ਤਿਆਂ ਨੂੰ ਸਿਰਫ ਚੁੱਲ੍ਹੇ ਚੌਂਕੇ ਤੱਕ ਸੀਮਿਤ ਨਹੀਂ ਰੱਖਿਆ ਮੇਰੀ ਮੰਮਾ ਨੇ ਅੱਜ ਤੱਕ ਮੇਰੇ ਤੋਂ ਕੋਈ ਕੰਮ ਨਹੀਂ ਕਰਵਾਇਆ ਹੈ ਕਿਚਨ ਦਾ ਕੋਈ ਕੰਮ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਬਸ ਪੜ੍ਹ ਮੇਰੇ ਦਾਦੂ ਦਾ ਸੁਪਨਾ ਸੀ ਕਿ ਮੈਂ ਇੱਕ ਵੱਡੀ ਅਫਸਰ ਬਣਾ ਇੱਕ ਜੱਜ ਬਣਾ ਜੱਜ ਦੀ ਪੋਸਟ ਤੇ ਆਵਾਂ ਉਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਘਰੋਂ ਬਾਹਰ ਨਿਕਲੋ ਸਾਡੇ ਪਰਿਵਾਰ ਵਿੱਚੋਂ ਮੈਂ ਪਹਿਲੀ ਲੜਕੀ ਆ ਜੋ ਚੰਡੀਗੜ੍ਹ ਜਾ ਕੇ ਲਾਅ ਕਰਦੀ ਹੈ ਪੰਜਾਬ ਯੂਨੀਵਰਸਿਟੀ ਤੋਂ ਮੇਰੇ ਦਾਦੂ ਜੀ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੀ ਸਪੋਰਟ ਨਾਲ ਹੀ ਮੈਂ ਬਾਹਰ ਨਿਕਲੀ ਘਰੋਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਤਿਆਰੀ ਕਰੋ ਜੱਜ ਬਣੋ ਜੱਜ ਬਣ ਕੇ ਘਰ ਮੁੜੋ ਇੱਕ ਇੱਕ ਨਿੱਕੀ ਜੀ ਉਮਰ ਦੇ ਵਿੱਚ ਐਡਾ بڑا ਮਕਾਮ ਹਾਸਿਲ ਕੀਤਾ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਅੰਦਰੋਂ ਬਹੁਤ ਖੁਸ਼ੀ ਹੋ ਰਹੀ ਹੈ ਦਾਦੂ ਹਜੇ ਮੇਰੇ ਨਾਲ ਨਹੀਂ ਨੇ ਪਰ ਮੈਨੂੰ ਪਤਾ ਹੈ ਉਹਨਾਂ ਦੀ ਅਸ਼ੀਰਵਾਦ ਉਹਨਾਂ ਦੀ ਦੁਆਵਾਂ ਕਰਕੇ ਹੀ ਮੈਂ ਇੱਥੇ ਤੱਕ ਪਹੁੰਚੀ ਆ ਮੇਰੇ ਦਾਦਾ ਦਾਦੀ ਜੀ ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ। ਉਹਨਾਂ ਦੇ ਸਪੋਰਟ ਤੋਂ ਬਿਨਾ ਤੇ ਮੈਂ ਕੁਝ ਕਰ ਹੀ ਨਹੀਂ ਪਾਣਾ ਸੀ। ਮੇਰੇ ਚਾਚਾ ਚਾਚੀ ਜੀ ਮੇਰੇ ਦੋਨੇ ਤਿੰਨੋ ਭਰਾ ਹਮੇਸ਼ਾ ਜਦ ਵੀ ਮੈਂ ਘਰੇ ਆਂਦੀ ਸੀ ਇੰਨੇ ਪਿਆਰ ਨਾਲ ਇੰਨੇ ਸਤਕਾਰ ਨਾਲ ਹੀ ਮੇਰੇ ਚਾਚੂ ਦਾ ਮੈਂ ਜਦ ਵੀ ਆਂਦੀ ਸੀ ਹਮੇਸ਼ਾ ਕਹਿੰਦੇ ਸੀ ਜੱਜ ਸਾਹਿਬ ਆ ਗਏ। ਉਹਨਾਂ ਨੂੰ ਪਤਾ ਸੀ ਕਿ ਇਹ ਜੱਜ ਬਣ ਕੇ ਹੀ ਵਾਪਸ ਆਏ। ਤੁਹਾਨੂੰ ਪਹਿਲਾਂ ਤੋਂ ਫੀਲਿੰਗ ਦਿੱਤੀ ਤੁਹਾਨੂੰ ਵੀ ਜੱਜ ਬਣੇਗੀ ਬਣੇਗੀ। ਹਾਂਜੀ ਹਾਂਜੀ ਬਿਲਕੁਲ। ਉਹਨਾਂ ਨੇ ਹਮੇਸ਼ਾ ਮੈਨੂੰ ਆਹੀ ਬੋਲਿਆ ਕਿ ਜੱਜ ਸਾਹਿਬ ਆ ਗਏ ਸਾਡੇ ਜੱਜ ਸਾਹਿਬ ਆ ਗਏ। ਤੇ ਜੱਜ ਬਣ ਕੇ ਜ਼ਿੰਮੇਦਾਰੀਆਂ ਵੀ ਬਹੁਤ ਵੱਧ ਜਾਂਦੀਆਂ ਨੇ ਕਹਿੰਦੇ ਨੇ ਹੈਨਾ ਤੇ ਕਿਵੇਂ ਸੰਭਾਲੋਗੇ ਕਿਵੇਂ ਮੈਨੇਜ ਕਰੋਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਸਭ ਕੁਝ ਹੋ ਜਾਏਗਾ ਮੈਨੇਜ ਜਿਵੇਂ ਜੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚ ਕੌਣ-ਕੌਣ ਤੁਹਾਡੇ ਹਾਂਜੀ ਇਸ ਟਾਈਮ ਮੇਰੇ ਪਰਿਵਾਰ ਵਿੱਚ ਮੇਰੇ ਮੰਮੀ ਪਾਪਾ ਮੇਰੇ ਦੋ ਛੋਟੇ ਭਰਾ ਮੇਰੇ ਚਾਚਾ ਚਾਚੀ ਤੇ ਉਹਨਾਂ ਦਾ ਇੱਕ ਮੁੰਡਾ ਦਾਦਾ ਦਾਦੀ ਵੀ ਸੀਗੇ ਪਹਿਲਾਂ ਪਰ 2019 ਵਿੱਚ ਦੋਨੋਂ ਸਾਨੂੰ ਛੱਡ ਕੇ ਪਰਮਾਤਮਾ ਕੋਲ ਚਲੇ ਗਏ ਸੀ ਪਰ ਉਹਨਾਂ ਦੀ ਅਸੀਸਾਂ ਹਮੇਸ਼ਾ ਸਾਡੇ ਨਾਲ ਹਜੇ ਵੀ ਨੇ ਹਾਂਜੀ ਤੇ ਜਦੋਂ ਰਿਜ਼ਲਟ ਆਇਆ ਕਿਵੇਂ ਦਾ ਫੀਲ ਹੋਇਆ ਕਿਉਂਕਿ ਇੱਕ ਅਲੱਗ ਜੀ ਖੁਸ਼ੀ ਮਿਲਦੀ ਹੈ ਵੀ ਵੀ ਇਹ ਚੀਜ਼ ਲਈ ਮੈਂ ਮਿਹਨਤ ਕੀਤੀ ਹੈ ਕਿਵੇਂ ਦਾ ਲੱਗਿਆ ਜਦੋਂ ਰਿਜ਼ਲਟ ਆਇਆ ਤਾਂ ਮੈਂ ਉਸ ਟਾਈਮ ਚੰਡੀਗੜੀ ਸੀ ਕਿਉਂਕਿ ਇੰਟਰਵਿਊ ਹੀ 8 ਅਕਤੂਬਰ ਦੀ ਸੀ ਮੇਰੀ ਤੇ 11 ਨੂੰ ਹੀ ਰਿਜ਼ਲਟ ਆ ਗਿਆ ਮੇਰਾ 13 ਤਾਰੀਖ ਨੂੰ ਮੈਨੇ ਘਰੇ ਆਣਾ ਸੀ ਬਟ 11 ਨੂੰ ਹੀ ਰਾਤੀ ਰਿਜ਼ਲਟ ਆ ਗਿਆ ਇੱਕ ਵਾਰ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਰਿਜ਼ਲਟ ਆ ਗਿਆ ਹੈ ਕਿ ਮੈਨੇ ਕੁਆਲੀਫਾਈ ਕਰ ਲਿਆ ਹੈ ਮੈਂ ਡਬਲ ਚੈੱਕ ਕੀਤਾ ਪਾਪਾ ਨੂੰ ਫੋਨ ਕੀਤਾ ਇਮੋਸ਼ਨਲ ਸੀ ਰੋ ਰਹੀ ਸੀ ਪਾਪਾ ਨੂੰ ਲੱਗਿਆ ਕਿ ਸ਼ਾਇਦ ਨਹੀਂ ਹੋਇਆ ਇਸ ਲਈ ਰੋ ਰਹੀ ਹੈ ਜਦੋਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਹੀ ਬੋਲੇ ਕਮਲੀ ਰੋ ਕਿਉਂ ਰਹੀ ਹੈ ਹੋ ਤੇ ਗਿਆ ਬਨ ਗਈ ਤੂੰ ਜੱਜ ਹੋਰ ਤੈਨੂੰ ਕੀ ਚਾਹੀਦਾ ਘਰੇ ਆਈ ਅੱਜ ਸਭ ਨੇ ਇੰਨੇ ਮਾਨ ਸਤਕਾਰ ਨਾਲ ਪੂਰੀ ਗੱਲਾ ਮੰਡੀ ਨੇ ਮੇਰਾ ਸਵਾਗਤ ਕੀਤਾ ਆਪਣੀ ਧੀ ਸਮਝ ਕੇ ਪੂਰੀ ਗੱਲਾ ਮੰਡੀ ਦੀ ਧੀ ਹੀ ਹੈ ਜੋ ਜੱਜ ਬਣ ਕੇ ਵਾਪਸ ਆਈ ਹੈ ਇਹ ਹੁਣ ਵੀ ਦੇਖਿਆ ਜਾਵੇ ਥੋੜੇ ਜਿਹਾ ਭਾਵੁਕ ਹੋਰ ਹਾਂਜੀ ਭਾਵੁਕ ਤੇ ਹੈ ਤੇ ਆਪਣੇ ਮਾਤਾ ਪਿਤਾ ਦੇ ਨਾਮ ਦੇ ਨਾਲ ਨਾਲ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ ਹੈ ਤੇ ਕਿਦਾਂ ਦਾ ਲੱਗਿਆ ਮਤਲਬ ਕਿਦਾਂ ਸਵਾਗਤ ਕੀਤਾ ਸ਼ਹਿਰ ਵਾਸੀਆਂ ਨੇ ਸੁਣਦੇ ਵਿੱਚ ਅਸੀਂ ਤਾਂ ਲੇਟ ਹੋ ਗਏ ਤੇ ਅਸੀਂ ਉਹ ਜਿਹੜਾ ਮੌਕਾ ਕਹਿ ਲਈ ਵੀ ਸਾਡੇ ਕੋਲੋਂ ਖੁੰਝ ਗਿਆ ਜਾਂ ਰਹਿ ਗਿਆ ਸੀ ਕਿਦਾਂ ਦਾ ਲੱਗਿਆ ਸੀ ਬਹੁਤ ਚੰਗਾ ਲੱਗਿਆ ਸੀ ਪੂਰੀ ਗੱਲਾ ਮੰਡੀ ਮੇਰੇ ਸਵਾਗਤ ਤੇ ਖੜੀ ਸੀ ਢੋਲ ਵੱਜ ਰਹੇ ਸੀ ਸਾਡੇ ਮਾਨਯੋਗ ਜਵਾਰ ਅੰਕਲ ਜੀ ਸੁਮਿਤ ਮਿੱਤਲ ਜੀ ਸਾਰੇ ਪਹੁੰਚੇ ਹੋਏ ਸੀ ਕਲਿਆਨ ਗਰਗ ਵਕੀਲ ਜੀ ਉਹ ਵੀ ਪਹੁੰਚੇ ਹੋਏ ਸੀ ਸਭ ਨੇ ਬਹੁਤ ਪਿਆਰ ਨਾਲ ਸਵਾਗਤ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਜੱਜ ਬਣਨ ਦੇ ਲਈ ਪੜਾਈ ਲਈ ਕਹਿੰਦੇ ਵੀ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ ਤੇ ਦਿਨ ਰਾਤ ਇੱਕ ਕਰਨਾ ਪੈਂਦਾ ਪੜਾਈ ਦੇ ਲਈ ਤੇ ਕਿੰਨੀ ਕ ਮਿਹਨਤ ਕੀਤੀ ਹੈ ਇਸ ਪੜਾਈ ਦੇ ਲਈ ਕਿੰਨਾ ਸਮਾਂ ਕੱਢਿਆ ਮੈਂਨੇ 2021 ਜੂਨ ਵਿੱਚ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਸੀ ਮੈਂਨੇ ਤੇ ਮੈਂ ਆਪਣੀ ਬੂਆ ਜੀ ਕੋਲ ਰਹਿੰਦੀ ਹੁੰਦੀ ਸੀ ਉੱਥੇ ਕਿਉਂਕਿ ਸਾਡਾ ਵੱਡਾ ਖੁੱਲਾ ਪਰਿਵਾਰ ਹੈ ਜੁਆਇੰਟ ਫੈਮਿਲੀ ਵਿੱਚ ਪੜਾਈ ਮੈਨੇਜ ਕਰਨੀ ਥੋੜੀ ਔਖੀ ਹੁੰਦੀ ਹੈ ਇਸ ਸਮੇਂ ਮੇਰੀ ਬੂਆ ਨੇ ਮੇਰਾ ਬਹੁਤ ਸਾਥ ਦਿੱਤਾ পুষ্পਾ ਮੇਰੇ ਬੂਆ ਜੀ ਤੇ ਮੇਰੇ ਫੂਫਾ ਜੀ ਭੁਪਿੰਦਰ ਜੀ ਦੋਨੇ ਨਾਲਾਗੜ੍ਹ ਨੇ ਹਿਮਾਚਲ 'ਚ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਇੱਕ ਮੇਰੇ ਬੂਆ ਪਟਿਆਲਾ ਨੇ ਰਾਨੋ ਬੂਆ ਮੇਰੇ ਤੇ ਉਹਨਾਂ ਦੇ ਹਸਬੰਡ ਹਰਿੰਦਰ ਜੀ ਉਹਨਾਂ ਨੇ ਵੀ ਮੇਰਾ ਬਹੁਤ ਸਪੋਰਟ ਕੀਤਾ ਆਪਣੀ ਧੀ ਬਣਾ ਕੇ ਮੈਨੂੰ ਆਪਣੇ ਕੋਲ ਰੱਖਿਆ ਉਹਨਾਂ ਕੋਲ ਮੈਂ 1 ਸਾਲ ਰਹੀ ਆ ਆਪਣੀ ਪੜ੍ਹਾਈ ਪੂਰੀ ਕੀਤੀ ਐ ਉਸ ਤੋਂ ਬਾਅਦ ਕੁਝ ਕਾਰਨ ਕਰਕੇ ਮੈਨੂੰ ਚੰਡੀਗੜ੍ਹ ਜਾਣਾ ਪਿਆ ਫਿਰ ਮੈਂ ਚੰਡੀਗੜ੍ਹ 1 ਸਾਲ ਰਹਿ ਕੇ ਉੱਥੇ ਆਪਣੀ ਪੜ੍ਹਾਈ ਪੂਰੀ ਕੀਤੀ ਵਸੇ ਹੀ ਰੂਟੀਨ ਸੀ ਸਵੇਰੇ 8 ਵਜੇ ਲਾਇਬ੍ਰੇਰੀ ਚਲੀ ਜਾਂਦੀ ਸੀ ਉੱਥੋਂ ਰਾਤ ਨੂੰ 8 ਵਜੇ ਵਾਪਸ ਆਉਂਦੀ ਸੀ ਬਸ ਤੇ ਦੇਖਿਆ ਜਾਵੇ ਵੀ ਕਈ ਪ੍ਰੋਬਲਮਾਂ ਵਿਸ਼ੇਸ਼ ਕਰਨੀਆਂ ਪਈਆਂ ਆਉਣਗੀਆਂ ਕੋਈ ਯਾਦ ਜਿਹੜੀ ਸ਼ੇਅਰ ਕਰਨੀ ਚਾਹਉਂ ਵੀ ਕਈ ਵਾਰੀ ਹੁੰਦਾ ਵੀ ਬੰਦੇ ਦਾ ਮਨ ਹੁੰਦਾ ਨਾ ਵੀ ਨਹੀਂ ਯਾਰ ਮੇਤੋਂ ਨਹੀਂ ਹੋਣਾ ਇਹ ਕਦੇ ਹੋਇਆ ਇਦਾਂ ਵੀ ਮਨ ਦੇ ਵਿੱਚ ਆਇਆ ਹੋਵੇ ਵੀ ਨਹੀਂ ਔਖੀ ਆ ਪੜਾਈ ਥੋੜੀ ਨਹੀਂ ਇਦਾਂ ਤਾਂ ਵੈਸੇ ਕਦੇ ਮਨ 'ਚ ਆਇਆ ਨਹੀਂ ਕਿਉਂਕਿ ਮੈਨੂੰ ਸ਼ੌਂਕ ਸੀ ਲੋਅ ਦੇ ਵਿੱਚ ਮੇਰਾ ਦਿਲ ਲੱਗ ਜਾਂਦਾ ਸੀ ਪੜਦੇ ਹੋਏ ਮੈਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਸੀ ਤਾਂ ਇਦਾਂ ਤਾਂ ਕਦੇ ਮਨ ਜ ਨਹੀਂ ਆਇਆ ਕਿ ਨਹੀਂ ਇਹ ਬਹੁਤ ਔਖੀ ਹੈ ਜੇ ਕਦੇ ਆਂਦਾ ਵੀ ਸੀ ਤਾਂ ਹਮੇਸ਼ਾ ਮੇਰੇ ਘਰ ਦੇ ਆਂਦੇ ਚਿਹਰੇ ਅੱਗੇ ਆਂਦੇ ਸੀ ਕਿ ਇੰਨਾਂ ਲਈ ਤਾਂ ਤੂੰ ਬਨਕੇ ਹੀ ਜਾਣਾ ਕਿ ਇਨ੍ਹਾਂ ਨੇ ਤੈਨੂੰ ਇੰਨੇ ਚਾਵਾਂ ਨਾਲ ਭੇਜਿਆ ਬਾਹਰ ਕਿ ਹੁਣ ਤਾਂ ਤਾ ਕੁਝ ਬਨਕੇ ਹੀ ਦਿਖਾਣਾ ਤੇ ਉਹਨਾਂ ਲੜਕੀਆਂ ਦੇ ਲਈ ਕੀ ਕਹਿਣਾ ਚਾਹੋਗੇ ਇੱਕ ਪ੍ਰੇਰਨਾ ਸਰੋਤ ਤੋਂ ਤੁਸੀਂ ਉਹਨਾਂ ਦੇ ਲਈ ਹੈਨਾ ਤੇ ਕੀ ਕਹਿਣਾ ਚਾਹੋਗੇ ਜਿਹੜੀਆਂ ਮਤਲਬ ਕਰਦੀਆਂ ਮਜਬੂਰੀਆਂ ਕਰਕੇ ਕਹਿ ਲਿਆ ਕਰਦੀ ਗਰੀਬੀ ਕਰਕੇ ਆ ਜਿਹੜਿਆ ਪੜ੍ਹਾਈ ਤੋਂ ਛੁੱਟ ਜਾਂਦੀਆਂ ਨੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਲਈ ਇੱਕੋ ਹੀ ਗੱਲ ਕਹਾਵਾਂਗੇ ਕਿ ਅਗਰ ਤੁਹਾਡੇ ਅੰਦਰ ਲਗਨ ਹੈ ਤੇ ਤੁਸੀਂ ਇੱਕ ਡੈਡੀਕੇਸ਼ਨ ਨਾਲ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ ਕੋਈ ਵੀ ਔਕੜ ਹੋਵੇ ਕੋਈ ਵੀ ਕੁਝ ਨਹੀਂ ਰਹਿੰਦਾ ਅੱਗੇ ਸਭ ਕੁਝ ਪਰਮਾਤਮਾ ਅੱਗੇ ਆਪਣੇ ਹੱਥ ਸਿਰ ਤੇ ਹੱਥ ਰੱਖ ਕੇ ਸਾਥ ਦੇਂਦਾ ਰਹਿੰਦਾ ਤੇ ਇਸ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਆਪਾਂ ਮਾਤਾ ਪਿਤਾ ਜੀ ਨਾਲ ਵੀ ਗੱਲ ਕਰਾਂਗੇ ਅ ਯੋਗਿਤਾ ਜੀ ਦੇ ਮਾਤਾ ਪਿਤਾ ਵੀ ਕਹਿੰਦੇ ਵੀ ਬਹੁਤ ਸਪੋਰਟਿਵ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਤੇ ਕਹਿ ਲਈ ਵੀ ਆਪਣੇ ਬੱਚੇ ਨੂੰ ਜਿਹੜਾ ਬੁਲੰਦੀ ਤੇ ਪਹੁੰਚਾਉਣ ਦੇ ਵਿੱਚ ਮਾਤਾ ਪਿਤਾ ਦਾ ਯੋਗਦਾਨ ਹੈ ਮਾਤਾ ਜੀ ਨਾਲ ਨੇ ਮਾਤਾ ਜੀ ਕੀ ਨਾਮ ਹੈ ਜੀ ਹਾਂ ਜੀ ਨਾਮ ਕੀ ਹੈ ਸੁਮਨ ਸੁਮਨ ਅਨ ਤੇ ਸਭ ਤੋਂ ਪਹਿਲਾਂ ਸਾਡੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਕਿ ਤੁਹਾਡੀ ਤੁਹਾਡੀ ਬੇਟੀ ਜਿਹੜੀ ਜੱਜ ਬਣ ਕੇ ਤੁਹਾਡੇ ਘਰ ਦੇ ਵਿੱਚ ਕਦਮ ਪਾਇਆ ਬਹੁਤ ਖੁਸ਼ੀ ਹੋਈ ਹੈ ਜੀ ਬਿਆਨ ਨਹੀਂ ਕਰ ਸਕਦੇ ਖੁਸ਼ੀ ਨੂੰ ਵੀ ਕਿਵੇਂ ਕਿਵੇਂ ਖੁਸ਼ੀ ਮਨਾਏ ਕੀ ਕਰੀਏ ਕੀ ਨਾ ਕਰੀਏ ਅੱਜ ਤਾਂ ਵੈਸੇ ਪਹਿਲਾਂ ਕਹਿੰਦੇ ਸੀ ਵੀ ਇਹ ਯੋਗਤਾ ਦੇ ਮੰਮੀ ਨੇ ਡਾਂਸ ਕੀਤਾ ਹਨਾ ਵੀ ਅੱਜ ਤੱਕ ਜੱਜ ਸਾਹਿਬ ਦੇ ਮਾਤਾ ਜੀ ਨੇ ਕਹਿੰਦੇ ਵੀ ਪੂਰਾ ਰੌਣਕ ਲਾਈ ਹੈ ਸੁਣਨ ਦੇ ਵਿੱਚ ਆਇਆ ਜੀ ਡਾਂਸ ਕਰ ਡਾਂਸ ਕਰਨ ਦਾ ਤਾਂ ਸਰ ਬੰਦਾ ਹੀ ਹੈ ਜੀ ਦੇਖੋ ਬਿਲਕੁਲ ਇਹ ਜੇ ਇਸ ਦਿਨ ਨੱਚਣ ਕੋ ਤਾਂ ਨੱਚਾਂਗੇ ਇਹ ਮੌਕਾ ਹੀ ਆ ਜਾਇਆ ਵਾ ਇਹ ਡਾਂਸ ਵਾਲੇ ਮੌਕੇ ਅਸੀਂ ਮੰਮੀ ਨੱਚੇ ਸਾਰੇ ਚਾਚੇ ਦਾ ਸਭ ਨੱਚੇ ਆਈ ਐਡੀ ਕਦੇ ਨੱਚਿਆ ਜੀ ਮੈਂ ਨੱਚਿਆ ਨਹੀਂ ਕਦੇ ਆਇਆ ਮੈਂ ਇੰਨੀ ਖੁਸ਼ੀ ਹੈ ਮੇਰੇ ਅੱਖਾਂ ਪਾਣੀ ਲਈ ਜਾਂਦਾ ਵਾ ਵੀ ਮੈਂ ਤਾਂ ਸੋਚ ਤਾ ਕੀ ਹੋ ਗਿਆ ਮੈਂ ਤਾਂ ਰੁੱਝੀ ਜਾਂਦਾ ਮੈਂ ਖੋ ਕੀ ਗਿਆ ਤੇ ਹੁਣ ਸਾਡੇ ਦਰਸ਼ਕ ਵੀ ਕਹਿਣਗੇ ਕਿ ਸਾਡੇ ਜੱਜ ਸਾਹਿਬ ਪਹਿਲਾਂ ਤਾਂ ਬਹੁਤ ਛੋਟੀ ਜੀ ਉਮਰ ਤੇ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਵੀ ਤੇ ਮੈਡਮ ਤੁਹਾਡੀ ਇੰਟਰਵਿਊ ਕਰਕੇ ਬਹੁਤ ਚੰਗਾ ਲੱਗਿਆ ਸਾਨੂੰ ਤੇ ਅਸੀਂ ਉਮੀਦ ਕਰਦੇ ਆਂ ਵੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਅੱਜ ਦੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ ਹੋਵੇਗੀ ਤੇ ਖਾਸ ਕਰ ਉਹਨਾਂ ਕੁੜੀਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਬਣੇ ਨੇ ਯੋਗਿਤਾ ਪਵਾਰ ਜੀ ਤੇ ਇਹਨਾਂ ਦੇ ਕੋਲੋਂ ਸਿੱਧ ਲੈ ਕੇ ਜਿਹੜਾ ਅੱਜ ਕੱਲ ਦੀ ਪੀੜੀ ਨੂੰ ਹੈ ਜਿਹੜਾ ਅ ਦੇਖਣਾ ਚਾਹੀਦਾ ਵੀ ਕਿੰਨੀ ਮਿਹਨਤ ਤੇ ਲਗਨ ਦੇ ਨਾਲ ਉਸ ਮਕਾਮ ਨੂੰ ਹਾਸਲ ਕੀਤਾ ਹੈ ਕੈਮਰਾ ਪਰਸਨ ਰਿਸ਼ਮਦੀਪ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ